यह जन्म तुम्हारे लेके 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 यह जन्म तुम्हारे लेके जन्म तुम्हारे लेके जन्म तुम्हारे लेके जन्म तुम्हारे जन्म तुम्हारे लेके वाहिगुरु जन्म तुम्हारे लेके 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 जन्म तुम्हारे जन्म तुम्हारे लेके वाहिगुरु जन्म तुम्हारे लेके हम सर दीन दयाल न तुम सर अब पतियार क्या कीजे बचनी तोर मोर मन माने जन को पूरन दीजे हो बल बल जाओ रमैया कारने कारण कवने बोल बहुत जन्म बिछरे ते माधो ए जन्म तुम्हारे लेके कह रविदास आस लग जीवो चिर पयो दर्शन दे ए
जन्म तुम्हारे लेख विच लाले वाहे गुरु। जन्म तुम्हारे लेख विच लामी वाहे गुरु। जन्म तुम्हारे लिख तुम्हारे लिख विच लामी वाहेगुरु। जन्म तुम्हारे लिख विच लामी वाहेगुरु। वाहेगुरु लिख विच जी लामी वाहेगुरु। लिख विच जी लामी वाहेगुरु। लिख विच जी लामी वाहेगुरु। जन्म तुम्हारे लिख तुम्हारे वाहेगुरु। तुम्हारे लिख विच लामी मालका। जन्म तुम्हारे लिख विच लामी वाहेगुरु। परम सत्कार योग सतगुरां दी साजी और निवाजी सतगुरु जी का खास रूप गुरु खालसा साध संगत जी
ਜਿੰਨੀ ਵੀ ਸੰਗਤ ਸਰਵਰੇ ਕੈਨਾਤ ਵਾਲੇ ਦੋ ਜਹਾਨ ਸਮੁੱਚੀ ਮਨੁੱਖਤਾ ਦੇ ਅਵਤਾਰ ਜੁਗੋ ਜੁਗ ਅਟਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤਸੰਗ ਜੀ ਫਤਿਹ ਦੀ ਸਾਂਝ ਪਾਓ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਪਿੰਡ ਠਸਕਾ ਡੇਰਾ ਨਿਵਾਸੀ ਸੰਗਤਾਂ ਅਥਵਾ ਲਾਕਾ ਨਿਵਾਸੀ ਸਮਾਲਾਵਾਦ ਦੀ ਸੰਗਤ ਨੂੰ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਸ੍ਰੀਮਾਨ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾ ਸਾਹਿਬ ਵਾਲੇ ਮਹਾਂਪੁਰਸ਼ਾਂ ਵੱਲੋਂ ਦੀਵਾਨਾਂ ਦੀ ਬਖਸ਼ਿਸ਼ ਹੋਈ ਹੈ। ਅੱਜ ਪਹਿਲਾ ਦੀਵਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰਛਾਇਆ ਹੇਠ ਪ੍ਰਾਰੰਭ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਵਿਚਾਰ ਨਾਲ ਜੁੜਨਾ ਕਰੋ। ਸਤਿਸੰਗ ਜੀ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਪਾਂ ਚੱਲ ਕੇ ਆਏ ਹਾਂ, ਇਹ ਸ਼ਰਨ ਦੀ ਬਾਬਤ ਭਾਈ ਗੁਰਦਾਸ ਨੇ ਵੈਸੇ ਤਾਂ ਕਈ ਵਾਰਾਂ ਵਿੱਚ ਗੁਰੂ ਦੀ ਸ਼ਰਨ ਦੀ ਮਹਿਮਾ ਵਰਣਨ ਕੀਤੀ ਹੈ, ਪਰ ਆਪਾਂ ਦੋ ਕੁ ਵਾਰਾਂ ਦੀ ਸ਼ਰਨ ਦੇ ਸੰਬੰਧ ਵਿੱਚ ਵਿਚਾਰ ਸਨਮੁੱਖ ਰੱਖਾਂਗੇ, ਜਿਹਦੇ ਵਿੱਚ ਬੜਾ ਜ਼ਿਆਦਾ ਮਹੱਤਵ ਦੱਸਿਆ। ਭਾਈ ਗੁਰਦਾਸ ਜੀ ਕੌਣ ਨੇ? ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਲਿਖਾਰੀ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਦਾ ਖਿਤਾਬ ਹੈ। ਏਡਾ ਵੱਡਾ ਮਾਣ ਤੇ ਗੁਰੂ ਅਮਰਦਾਸ ਮਹਾਰਾਜ ਦੇ ਸੱਕੇ ਭਤੀਜੇ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮਾ ਜੀ ਲੱਗਦੇ ਨੇ ਭਾਈ ਗੁਰਦਾਸ ਜੀ, ਉਹਨਾਂ ਨੇ ਆਪਣੀ ਵਾਰ ਦੇ ਵਿੱਚ ਗੁਰੂ ਸ਼ਰਨ ਵਿੱਚ ਆਉਣ ਦਾ, ਪਹਿਲਾਂ ਤਾਂ ਆਪਾਂ ਉਹਨਾਂ ਦੀ ਵਾਰ ਜਦੋਂ ਚਰਨ ਸ਼ਰਨ ਆਉਂਦੇ ਗੁਰੂ ਦੀ ਚੱਲ ਕੇ ਜਾਈਦਾ ਉਹਦੀ ਬਾਬਤ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਦੇਖੋ ਕੈਸਾ ਪਿਆਰ ਗੁਰੂ ਦਾ ਸੰਗਤ ਨਾਲ, ਕਰੋੜਾਂ ਪੈਂਡਾ ਅੱਗੋਂ ਲੈ ਕੇ ਮਾਰਾ ਮਿਲਦੇ ਨੇ ਜਿਹੜੇ ਗੁਰੂ ਦੀ ਚਰਨ ਸ਼ਰਨ ਆਉਂਦੇ ਨੇ। ਇੱਧਰ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ, ਚਰਨ ਚੱਲੋ ਮਾਰਗ ਗੋਬਿੰਦ ਮਿੱਟੇ ਪਾਪ ਜਪੀਏ ਹਰਬਿੰਦ। ਸੁਖਮਨੀ ਸਾਹਿਬ ਦੀ ਪਾਵਨ ਬਾਣੀ, ਇਹਨਾਂ ਚਰਨਾਂ ਨਾਲ ਗੁਰੂ ਘਰ ਚੱਲ ਕੇ ਜਾਓ, ਤੁਹਾਡੇ ਪਾਪ ਕੱਟੇ ਜਾਣਗੇ, ਤੇ ਰਸਨਾ ਨਾਲ ਨਾਮ ਜਪਦੇ ਜਾਓ ਗੁਰੂ ਘਰ। ਤੇ ਭਾਈ ਗੁਰਦਾਸ ਜੀ ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਤਾ ਹੈ ਬਾਰੰਬਾਰ ਗੁਰ ਹੇਤ ਹੈ। ਪਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਗਾਦ ਬੋਧ ਨਮੋ 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 ਨੇਤ 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 ਹੈ। ਸੋ ਸਤਿਸੰਗ ਜੀ, ਗੁਰੂ ਦੀ ਸ਼ਰਨ ਵਿੱਚ ਆਉਣ ਵਾਲੇ ਦੀ ਬਾਬਤ ਧੁਰਕੀ ਬਾਣੀ ਦਾ ਵੀ ਉਪਦੇਸ਼ ਹੈ, ਪੈਰ ਸੁਹਾਵੇ ਜਾਂ ਤੋ ਧਿਰ ਜੁਲਦੇ, ਜਿਹੜੇ ਤੇਰੇ ਘਰ ਨੂੰ ਪੈਰ ਚੱਲ ਕੇ ਆਉਂਦੇ ਨੇ ਉਹ ਸੁਹਾਵੇ ਨੇ। ਪੈਰ ਸੁਹਾਵੇ ਜਾਂ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ ਮੁੱਖ ਸੁਹਾਵਾ ਜਾਂ ਤਉ ਜਸ ਗਾਵੇ ਜੀਉ ਪਿਆਤਾ ਸ਼ਰਨੀ। ਦੇਖੋ ਸੱਚੇ ਪਾਤਸ਼ਾਹ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਦੀ ਬਾਬਤ ਬਾਣੀ ਦੇ ਵਿੱਚ ਕਿੰਨਾ ਸਤਿਕਾਰਿਆ। ਪੈਰ ਹੁੰਦੇ ਨੇ ਸੁਹਾਵੇ ਸੱਚੇ ਪਾਤਸ਼ਾਹ, ਸ਼ਰਨ ਤੇਰੀ ਆਇਆ ਚੱਲ ਕੇ
हुंदे ने सुहावे सच्चे पातशाह शरण तेरी आया चल के सुहावे सच्चे सुहावे सच्चे पातशाह शरण तेरी आया चल के पैर हुंदे ने सुहावे सच्चे पात शरण तेरी आया चल के चल के शरण तेरी जी आया चल के तेरी जी आया चल के पातशाह सुहावे मेरिया सुहावे मेरिया मालका शरण तेरी आया चल के जी पैर हुंदे ने सुहावे सच्चे पात शरण तेरी आया चल के शरण तेरी आया चल के गुरदास जी ने अपनी एक होर वार विच जेड़े गुरु घर चल के आउंदे ने उन्हां दी बाबत इन्ना माण सत्कार बख्शिया जदों तुसी वार सुनोगे ते आपां नूं ही हैरानी होएगी इन्ना ज्यादा सत्कार जिन्हां ने गुरु ग्रंथ साहिब महाराज लिखे। भाई गुरदास जी लिखते ने नख सिख लो सगल अंग रोम रोम कर काट काट सिखण के चरण परवारी है
अगन जलाए पुन पिसन पसाए ताहे लै उड़े पवन हुए अनक प्रकारी है जत कत सिख पग धरै गुर पंथ परा ताहु ताहु मार्ग में पसम कै डारी है तह पद पादक चरण लिव लागी रह दीन के दयाल मोहे पतत उधारी। इन्दे अर्थ की ने भाई गुरदास जी कहिंदे ने सिर तो लैके पैरां तक नख सिख लो सगल अंग रोम रोम का रोम कहिंदे वाल सिर तो लैके पैरां तक मेरे शरीर दे टोटे इन्ने कर दो एक रोम जिने वाल जिवें हुंदा ना एडे एडे टोटे कर दो नख सिख लो सगल अंग रोम रोम कर रोम रोम जिन्ने कर दो काट
ਗੁਰ ਇੱਕ ਪੈਂਡਾ ਜਾਏ ਜਾ ਇੱਕ ਪੈਂਡਾ ਗੁਰ ਕੋਟ ਪੈਂਡਾ ਅੱਗੇ ਹੋਏ ਲੈ ਤੈ ਭਾਈ ਗੁਰਦਾਸ ਜੀ ਨੇ ਇੰਨਾ ਮਾਣ ਸਤਿਕਾਰ ਨੱਖ ਸਿੱਖ ਲੋ ਸਗਲ ਅੰਗ ਰੋਮ ਰੋਮ ਕਰ ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀ ਸਿਰ ਤੋਂ ਲੈ ਕੇ ਪੈਰਾਂ ਤੱਕ ਰੋਮ ਰੋਮ ਜਿੰਨੇ ਟੁਕੜੇ ਕਰ ਦੋ ਮੇਰੇ ਸਰੀਰ ਦੇ ਤੇ ਫਿਰ ਅੱਗੇ ਕਹਿੰਦੇ ਉਹਨਾਂ ਟੁਕੜਿਆਂ ਨੂੰ ਅਗਨ ਜਲਾਏ ਅੱਗ ਵਿੱਚ ਸਾੜ ਕੇ ਪੀਸਣ ਪਸਾਏ ਜਿਵੇਂ ਕੋਈ ਚੀਜ਼ ਪੀਸ ਕੇ ਬਰੀਕ ਕਰਦੇ ਨੇ ਪਾਊਡਰ ਬਣਾ ਸਵਾ ਮਾਤਰ ਬਣਾ ਦਿਓ ਖੇ ਮਾਤਰ ਬਣਾ ਦਿਓ ਮੇਰੇ ਸਰੀਰ ਦੇ ਟੁਕੜਿਆਂ ਨੂੰ ਵਾਲ ਵਾਲ ਜਿੰਨਾ ਕਰਕੇ ਅਗਨ 'ਚ ਸਾੜ ਕੇ ਫਿਰ ਉਹਨੂੰ ਪੀਸ ਕੇ ਐਂ ਬਰੀਕ ਬਣਾ ਦਿਓ ਤੇ ਪਵਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਤਾਹੇ ਲੈ ਉੱਡ ਪਵਨ ਹੋਏ ਅਨਕ ਪ੍ਰਕਾਰੀ ਐ ਪਵਨ ਇਹ ਮੇਰੇ ਸਰੀਰ ਦੀ ਖਾਕ ਨੂੰ ਉੱਥੇ ਲੈ ਕੇ ਉੱਡ ਜਾ ਤੇ ਅਨਕ ਪ੍ਰਕਾਰ ਇਹਨੂੰ ਫੈਲਾ ਕੇ ਮੇਰੇ ਸਰੀਰ ਦੀ ਰਾਖ ਨੂੰ ਸਵਾਹ ਨੂੰ ਲੈ ਕੇ ਉੱਡ ਜਾ ਤੇ ਉਹਨੂੰ ਕਈ ਪ੍ਰਕਾਰ ਕਰਕੇ ਤੇ ਕਹਿੰਦੇ ਇਸ ਤਰ੍ਹਾਂ ਡਾਰ ਦੇ ਜਤ ਕਤ ਸਿੱਖ ਪੱਗ ਧਰੈ ਗੁਰਪੰਥ ਪ੍ਰਾਤ ਪੰਥ ਕਹਿੰਦੇ ਰਸਤੇ ਨੂੰ ਗੁਰ ਕਹੀਏ ਗੁਰੂ ਦਾ ਰਸਤਾ ਜਿਹੜਾ ਗੁਰੂ ਘਰ ਨੂੰ ਰਸਤਾ ਆ ਰਿਹਾ ਉਹ ਰਸਤੇ ਤੇ ਮੇਰੇ ਉਹ ਸਰੀਰ ਦੇ ਵਾਲ ਜਿਹਨੇ ਕੀਤੇ ਟੋਟੇ ਅੱਗ ਵਿੱਚ ਸਾੜੇ ਉਹ ਸਵਾਹ ਨੂੰ ਪਵਨ ਨੂੰ ਕਹਿੰਦੇ ਨੇ ਅਨਕ ਪ੍ਰਕਾਰ ਦੀ ਹੋ ਕੇ ਉਡਾ ਕੇ ਉੱਥੇ ਲੈ ਜਾ ਜਿਹੜੇ ਰਸਤੇ ਤੋਂ ਗੁਰੂ ਦੇ ਸਿੱਖ ਚੱਲ ਕੇ ਗੁਰੂ ਘਰ ਆਉਂਦੇ ਨੇ ਜਤ ਕਤ ਸਿੱਖ ਪੱਗ ਧਰੈ ਗੁਰਪੰਥ ਪਰਾ ਤਾਹੂ ਤਾਹੂ ਮਾਰਗ ਮੈਂ ਭਸਮ ਕੈ ਡਾਰੀ ਉਹ ਸਰੀਰ ਦੀ ਭਸਮ ਨੂੰ ਉੱਥੇ ਡਾਰ ਦੇ ਤਹਿ ਪਦ ਪਾਦਕ ਚਰਨ ਨਿਵ ਲਾਗੀ ਰਹਿ ਦੀਨ ਕੇ ਦਿਆਲ ਮੋਏ ਪਤ ਤੂ ਉਧਾਰੀ ਐਸੇ ਦੀਨ ਦਿਆਲੂ ਸਤਿਗੁਰ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਮਹਿਮਾ ਆਪਾਂ ਕਿੰਨੀ ਕੁ ਬਿਆਨ ਕਰ ਸਕਦੇ ਹਾਂ ਭਾਈ ਗੁਰਦਾਸ ਜੀ ਕਹਿੰਦੇ ਲੱਖ ਉਪਮਾ ਉਪਮਾ ਕਰੇ ਉਪਮਾ ਉਪਮਾ ਨਾ ਵਖਾਣ ਲੱਖ ਮਹਿਮਾ ਮਹਿਮਾ ਕਰੇ ਮਹਿਮਾ ਹਰਾਣ ਲੱਖ ਮਹਾਤਮ ਮਹਾਤਮਾ ਨਾ ਮਹਾਤਮ ਜਾਣੈ ਲੱਖ ਉਸਤਤ ਉਸਤਤ ਕਰੈ ਉਸਤਤ ਨਾ ਸਿਆਣੈ ਆਦਿ ਪੁਰਖਾ ਦੇਸ਼ ਹੈ ਮੈਂ ਮਾਣ ਨੀ ਮਾਣੈ ਇਹ ਗੁਰੂ ਦੀ ਸਹੀ ਸੋਭਾ ਆਪਾਂ ਮਹਿਮਾ ਕਿੰਨੀ ਕੁ ਬਿਆਨ ਕਰ ਸਕਦੇ ਹਾਂ ਤੇਰੇ ਕਵਣ ਕਵਣ ਗੁਣ ਗਾਵਾ ਜੈ ਬਾ ਮੇਰੀ ਇੱਕ ਵਾਹਿਗੁਰੂ ਕਵਣ ਕਵਣ ਗੁਣ ਗਾਵਾ ਜੈ ਬਾ ਮੇਰੀ ਇੱਕ ਵਾਹਿਗੁਰੂ ਜਹਿਬਾ ਮੇਰੀ ਇੱਕ ਵਾਹਿਗੁਰੂ ਕਵਣ ਕਵਣ ਗੁਣ ਗਾਵਾ ਜਹਿਬਾ ਮੇਰੀ ਇੱਕ ਵਾਹਿਗੁਰੂ ਵਾਹਿਗੁਰੂ ਜਹਿਬਾ ਮੇਰੀ ਜੀ
वाहेगुरु। एक वाहेगुरु, तेरे कवन कवन गुण गाव, जहिबा मेरी एक वाहेगुरु। कवन कवन गुण गावा, जहिबा मेरी एक वाहेगुरु। कवन गुण कह कह गाव तू साहिब, तुमरी महिमा वर्ण न सक तू ठाकुर उच्च भगवाना। आओ अति सत्कार जो संत बाबा त्रिलोचन सिंह जी, जिन्हां नूं एडा वड्डा खिताब भी गुरु घर दा लौरा साहिब दा प्राप्त है, हैड ग्रंथी साहिब दा, सत्संग जी जिन्हां ते संत बाबा सुखदेव सिंह दी कृपा हुई होवे, बख्शिश होई होवे, महापुरश तों घट नहीं हो सकदी। नाले जिन्हां ने सारा जीवन अपना लेखे लाया, बहुत लमेरे समय तों गुरु घर दी सेवा, गुर इतिहास दी, गुरु दी कथा दी, बाणी दी, जिथे भी सेवा गुरु घर दी, बहुत देखिया बड़े लमेरे समय तों कर रहे हन। इस करके संत बाबा त्रिलोचन सिंह स्कूल दे बच्चे पहुंचे ने, उन्होंने थोड़ा समा लाना है कोई 15 मिनट के आस पास, सो वो बच्चों जो टीचर साहबान आए उन्होंने नाल, उन्होंने बेनती है कि वो अपना समा ले सकते ने स्टेज पर आने की खिचला करन। अगला समा उन्होंने दिता जाएगा, इन्नी कु हाजरी प्रवान कर लेना जी, हुई भुलां दी माफी। वाहिगुरु जी का खालसा, वाहिगुरु।